सिटी ग्रुप ऑफ इंस्टीट्यूशन। ਭਾਜੀ ਮੇਰਾ ਨੈਕਸਟ ਕੁਐਸਚਨ ਇਹ ਹੈ ਕਿ ਜਦੋਂ ਆਪਾਂ ਕਾਲਜ ਵਿੱਚ ਹੁੰਦੇ ਆ ਉਹ ਬਹੁਤ ਇੰਪੋਰਟੈਂਸ ਰੱਖਦਾ ਹੈ ਜਿਹੜੇ ਵੀ ਆਰਟਿਸਟ ਹੈ ਜਿਹੜੇ ਬਡਿੰਗ ਟੈਲੈਂਟ ਹੁੰਦਾ ਹੈ ਸੋ ਤੁਹਾਡੇ ਲਈ ਯੂਥ ਫੈਸਟੀਵਲ ਦਾ ਕਿੰਨਾ ਯੂ ਨੋ ਰੋਲ ਰਿਹਾ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਗਰੋਥ ਦੇ ਵਿੱਚ ਯੂਥ ਫੈਸਟੀਵਲ ਜਿਹੜਾ ਜੀ ਮੈਂ ਕਹਾਂਗਾ ਕਿ ਮੇਰਾ ਲਾਂਚ ਪੈਡ ਸੀਗਾ ਜੀ ਜੀ ਆ ਹੁੰਦੇ ਤਾਂ ਮੈਂ ਹੀ ਸ਼ਾਇਦ ਨਾ ਹੁੰਦਾ ਔਰ ਤੁਸੀਂ ਹੈਰਾਨ ਯੂਥ ਫੈਸਟੀਵਲ ਉਦੋਂ ਸਿਰਫ ਮੈਂ ਆਪਣੀ ਗੱਲ ਨਹੀਂ ਕਰਦਾ ਤੁਹਾਨੂੰ ਇੱਕ ਮੂਮੈਂਟ ਯਾਦ ਕਰਾਉਣਾ ਮੈਂ ਕਿ ਇਹ ਅਰਲੀ 90s ਦੀ ਗੱਲ ਹੈ ਚਾਰ ਹੀ ਯੂਨੀਵਰਸਿਟੀਜ਼ ਹੁੰਦੀਆਂ ਸੀ ਉਦੋਂ ਪੰਜਾਬ 'ਚ ਤੇ ਇਹਨਾਂ ਦਾ ਇੱਕ ਪੰਜਾਬ ਦਾ ਹੁੰਦਾ ਸੀ ਫੈਸਟੀਵਲ ਚੰਡੀਗੜ੍ਹ ਦੇ ਵਿੱਚ ਚਾਰ ਯੂਨੀਵਰਸਿਟੀਆਂ ਤੋਂ ਚਾਰ ਹੀ ਫਾਈਨਲਿਸਟ ਆਉਂਦੇ ਹੁੰਦੇ ਸੀ ਜਿਹੜੇ ਆਪਣੀ ਆਪਣੀ ਯੂਨੀਵਰਸਿਟੀ ਨੂੰ ਟੌਪ ਕਰਕੇ ਆਉਂਦੇ ਹੁੰਦੇ ਸੀ ਚਾਹੇ ਉਹ ਡਰਾਮਾ ਚਾਹੇ ਕੁਛ ਵੀ ਹੈ ਏਦਾਂ ਹੀ ਮੋਨੋ ਐਕਟਿੰਗ ਦੇ ਵਿੱਚ ਜਿਹੜੇ ਚਾਰ ਟੌਪਰ ਆਏ ਸੀ ਨਾ ਆਪਣੀ ਆਪਣੀ ਯੂਨੀਵਰਸਿਟੀ ਦੇ ਚੰਡੀਗੜ੍ਹ ਲੜਨ ਵਾਸਤੇ ਉਹ ਚਾਰਾਂ ਦੇ ਨਾਮ ਤੁਸੀਂ ਸੁਣਿਓ ਮੈਂ ਸੀਗਾ GND ਤੋਂ ਮੈਂ ਸੀ ਪੰਜਾਬੀ ਯੂਨੀਵਰਸਿਟੀ ਤੋਂ ਭਗਵੰਤ ਮਾਨ ਸੀ ਮੋਨੋ ਐਕਟਿੰਗ ਚ ਔਰ ਐਗਰੀਕਲਚਰ ਯੂਨੀਵਰਸਿਟੀ ਤੋਂ ਨਿਰਮਲ ਜੌੜਾ ਸੀ ਔਰ ਚੰਡੀਗੜ੍ਹ ਤੋਂ ਮਤਲਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੀ ਉਦੋਂ ਦਿਵਿਆ ਦੱਤਾ ਸੋ ਦਿਵਿਆ ਦੱਤਾ ਭਗਵੰਤ ਮਾਨ ਗੁਰਪ੍ਰੀਤ ਘੁੱਗੀ ਨਿਰਮਲ ਜੌੜਾ ਇੱਕੋ ਕੰਪੀਟੀਸ਼ਨ ਦੇ ਵਿੱਚ ਮੋਨੋ ਐਕਟਿੰਗ ਦੇ ਵਿੱਚ ਸੀਗੇ ਤੇ ਹਿਸਾਬ ਲਓ ਯੂਥ ਫੈਸਟੀਵਲ ਪਾਵਰਫੁਲ ਹੋਏਗਾ ਕਿ ਚਾਰੇ ਹੀ ਬੰਦੇ ਆਪਣੇ ਆਪਣੇ ਫੀਲਡ 'ਚ ਅੱਜ ਬਹੁਤ ਵਧੀਆ ਕੰਮ ਕਰ ਰਹੇ ਸੋ ਮੈਂ ਪ੍ਰਾਈਵੇਟ ਕੀਤੀ ਆਪਣੇ ਘਰ ਦੇ ਸਰਕਮਸਟੈਂਸਿਸ ਦੇ ਅਨੁਸਾਰ ਮੈਨੂੰ ਮਿਹਨਤ ਕਰਨੀ ਪਈ ਮੈਨੂੰ ਕੰਮ ਕਰਨਾ ਪਿਆ ਮੈਂ ਰੈਗੂਲਰ ਨਹੀਂ ਕਰ ਸਕਿਆ ਔਰ ਮੈਂ ਜਦੋਂ ਮੇਰੇ ਪੇਰੈਂਟਸ ਕਿਹਾ ਕਿ ਮੈਂ ਹੁਣ ਸੈਟਲ ਹੋ ਚੱਲਿਆ ਕਿਤੇ ਪ੍ਰਾਈਵੇਟ ਕੰਮ 'ਚ ਉਦੋਂ ਮੈਂ ਘਰਦਿਆਂ ਨੂੰ ਸ਼ੌਕ ਦਿੱਤਾ ਆਪਣਿਆਂ ਨੂੰ ਕਿ ਮੈਂ ਰੈਗੂਲਰ ਸਟੱਡੀ ਸ਼ੁਰੂ ਕਰਨੀ ਹੈ ਜਲੰਧਰ ਕਾਲਜ ਦੇ ਵਿੱਚ ਵੱਡਾ ਝਟਕਾ ਸੀ ਕਿ ਸੰਤਾਂ ਲੱਗਾ ਕਿ ਰੁਜ਼ਗਾਰ ਤੇ ਲੱਗ ਚੱਲਾ ਤੇ ਇਹ ਹੁਣ ਕਹਿ ਰਿਹਾ ਮੈਂ ਕਾਲਜ ਜੁਆਇਨ ਕਰਨਾ ਉਹਨਾਂ ਨੂੰ ਸਮਝ ਨਹੀਂ ਆਈ ਕਿ ਕਿਉਂ ਡਿਸੀਜਨ ਲੈ ਰਿਹਾ ਮੈਂ ਆਪਣੇ ਵੱਡੇ ਬ੍ਰਦਰ ਨੂੰ ਸਮਝਾਇਆ ਮੈਂ ਕਿਹਾ ਭਾਜੀ ਉਹ ਕਾਲਜ ਮੈਂ ਪੜ੍ਹਨ ਦਾ ਮੈਨੂੰ ਇੰਨਾ ਸ਼ੌਂਕ ਨਹੀਂ ਕਿਉਂਕਿ ਆਈ ਵਾਜ਼ ਨਾਟ ਵੈਰੀ ਗੁੱਡ ਇਨ ਅਕੈਡੈਮਿਕਸ ਆਈ ਵਾਜ਼ ਐਵਰੇਜ ਸਟੂਡੈਂਟ ਤੇ ਮੈਂ ਕਿਹਾ ਮੈਨੂੰ ਇਹ ਪਤਾ ਕਿ ਉੱਥੇ ਫੈਸਟੀਵਲ ਹੁੰਦੇ ਨੇ ਔਰ ਯੂਥ ਫੈਸਟੀਵਲ ਮੌਕਾ ਦਿੰਦੇ ਨੇ ਅੱਗੇ ਜਾਣ ਦਾ ਫਿਰ ਮੈਂ ਤੇ ਮੇਰੇ ਵੱਡੇ ਬ੍ਰਦਰ ਨੇ ਘਰ ਗੱਲ ਕਰਕੇ ਘਰਦਿਆਂ ਨੂੰ ਕਨਵਿੰਸ ਕੀਤਾ ਸੀ ਤੇ ਮੈਂ ਉਦੋਂ ਕਾਲਜ 'ਚ ਐਡਮਿਸ਼ਨ ਲਈ ਔਰ ਪਹਿਲੇ ਸਾਲ ਹੀ ਫਿਰ ਜਦੋਂ ਮੈਂ ਐਡਮਿਸ਼ਨ ਲੈਣਾ ਉਸ ਪਹਿਲੇ ਸਾਲ ਦੇ ਵਿੱਚ ਹੀ ਯੂਨੀਵਰਸਿਟੀ ਦਾ ਬੈਸਟ ਐਕਟਰ ਮੈਂ ਡਰਾਮਾ ਸਾਡਾ ਫਸਟ ਡਰਾਮੇ 'ਚੋਂ ਬੈਸਟ ਐਕਟਰ ਮੈਂ ਸਕਿੱਟ ਸਾਡੀ ਫਸਟ ਸਕਿੱਟ ਦਾ ਬੈਸਟ ਫੈਂਸੀ ਡਰੈਸ ਵਿੱਚ ਸੈਕਿੰਡ ਸੀ ਸ਼ਾਇਦ ਮੇਰੀ ਮਤਲਬ ਪੂਰਾ ਥੀਏਟਰ ਹੀ ਮੈਂ ਗ੍ਰੈਬ ਕਰ ਲਿਆ ਸੀ ਉਦੋਂ ਇੱਕ ਪਹਿਲੇ ਸਾਲ ਦੇ ਵਿੱਚ ਹੀ ਸੋ ਉਹਨੇ ਹੀ ਮੈਨੂੰ ਲਾਂਚ ਪੈਡ ਮੁਹੱਈਆ ਕਰਵਾਇਆ ਉੱਥੋਂ ਹੀ ਮੈਨੂੰ ਦੂਰਦਰਸ਼ਨ ਵਾਲੇ ਫਿਰ ਲਿਜਾਣ ਲੱਗ ਪਏ ਜਾਂ ਬੁਲਾ ਲੈਣਾ ਉਹਨਾਂ ਨੇ ਉੱਥੋਂ ਮੇਰੀ ਦੂਰਦਰਸ਼ਨ 'ਚ ਗੱਲ ਬਣੀ ਦੂਰਦਰਸ਼ਨ ਤੋਂ ਸੈਟੇਲਾਈਟ ਚੈਨਲ ਉੱਥੋਂ ਫਿਰ ਅੱਗੋਂ ਹਿੰਦੀ ਚੈਨਲ ਹਿੰਦੀ ਚੈਨਲ ਤੋਂ ਇਲਾਵਾ ਫਿਰ ਤੁਹਾਡਾ ਪੰਜਾਬੀ ਫਿਲਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੋ ਬੜਾ ਲੰਬਾ ਸਫ਼ਰ ਹੈ ਬਟ ਯੂਥ ਫੈਸਟੀਵਲ ਇਹਦੀਆਂ ਰੂਟਸ ਨੇ CT Group of Institutions.